साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। पाटणा विच कोहरे दा कहर, जनजीवन होया अस्त-व्यस्त। सर्दी दी पहली धुंद। सर्दी दे मौसम दी शुरुआत हुंदिआं ही पहली धुंद ने सर्दी दा अहसास करवा दित्ता है। सवेर समय पई धुंद दी चिट्टी चादर कारण शहर पूरी तरह ढकिया नजर आ रहा सी अते कुछ दूरी तक कुछ भी दिखाई नहीं दे रहा सी। उत्थे ही सड़कां ते फैली कोहरे दे कारण आन जान वाले वाहन चालकां लई वड्डे परेशानी दा कारण बनिया होया सी, जो अपने वहीकलां दीआं लाइटां ला के अपनी मंजिल तक पहुंच रहे सन। उत्थे ही सड़कां दे किनारियां ते खड़े आवारा पशु भी कोहरे कारण हादसे दा कारण भी बन सकते हैं। इस कोहरे दा असर रोजाना मेहनत मजदूरी करने वाले मजदूरां ते पवेगा, जो अपनी रोजी रोटी रोजाना मजदूरी करके चलाउंदे ने। इस पै रहे कोहरे च अदारा भी लोकां नूं अपने वाहन हौली चलाउण दी अपील करदा है। पाटणा तों सुपाल गर्ग दी रिपोर्ट। ਲੀਲਾ ਮੈਨੂੰ ਤੰਬੂ ਵਾਲਾ ਸਵਾਰੀਆਂ ਢੋਲਿਆ ਕੰਮ ਤੇ ਜਾਂਦੇ। ਕਿੰਨੀ ਧੁੰਦ ਹੈਗੀ ਹੈ? ਧੁੰਦ ਬਹੁਤ ਜ਼ਿਆਦਾ ਹੈ, ਸੜਕ ਜਿੰਦੀ ਨਹੀਂ, ਕੁਛ ਨਹੀਂ ਪਤਾ ਲੱਗਦਾ। ਸਰਦੀ ਵੀ ਹੈ ਥੋੜੀ ਤੇ ਧੁੰਦ ਜ਼ਿਆਦਾ ਹੈ। ਅੱਜ ਪਹਿਲੀ ਵਾਰ ਅੱਜ ਬੰਦੇ ਘੱਟ ਜਾ ਰਹੇ ਨੇ, ਆਵਾਜਾਈ ਘੱਟ ਦਿਖਦਾ, ਘੱਟੇ ਹੈ, ਕਾਫੀ ਧੁੰਦ ਹੈਗੀ ਹੈ। ਹਾਂ ਬਹੁਤ ਜ਼ਿਆਦਾ ਹੈ, ਸਵਾਰੀ ਦਾ ਘੱਟੇ ਮਿਲੀ। ਮੇਰਾ ਨਾਂ ਹਰਜਿੰਦਰ ਸਿੰਘ ਹੈ। ਕਿੱਥੋਂ ਆਇਆ ਤੁਸੀਂ? ਪਿੰਡ ਮੌਲਵੀ ਵਾਲਾ। ਕੀ ਹਾਲਾਤ ਨੇ ਜਿਹੜੇ ਧੁੰਦ ਦੇ ਹੁਣ? ਬਹੁਤ ਮਾੜੇ ਹਾਲਾਤ ਨੇ ਜੀ, ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ। ਪਿੱਛੋਂ ਜਿਹੜੀ ਸਪੀਡ ਮਤਲਬ 70-80 ਦੇ ਆਉਂਦੇ ਸੀ, 20-30 ਦੇ ਆਏ ਮੋਟਰਸਾਈਕਲ। ਬਹੁਤ ਜ਼ਿਆਦਾ ਧੁੰਦ ਹੈ, ਆਪਣਾ ਦੇਖ ਕੇ ਚੱਲੋ, ਬਹੁਤ ਦਿੱਕਤ ਆ ਰਹੀ ਹੈ। ਪਰ ਮੌਸਮ ਦਾ ਕਿਸ ਤਰ੍ਹਾਂ ਦਾ ਬਦਲਿਆ ਹੈ? ਮੌਸਮ ਬਹੁਤ ਖਰਾਬ ਹੋ ਰਹੀ ਹੈ ਇਸ ਟਾਈਮ। ਸੜਕ ਤੇ ਕਿੰਨਾ ਕੁ? ਸੜਕ ਤੇ ਕੁਛ ਨਹੀਂ ਦਿਸਦਾ ਜੀ ਪਿੱਛੇ ਦਾ ਜੀ। ਕਿੰਨੀ ਕੁ ਦੂਰੀ ਦਾ ਫਰਕ ਹੈ ਗਿਆ? ਬਸ 15-20 ਫੁੱਟ ਤੋਂ ਦਿਸਦਾ, ਇਸ ਤੋਂ ਜ਼ਿਆਦਾ ਦਿਸਦਾ ਨਹੀਂ ਹੈ ਕੁਛ। ਬਹੁਤ ਧਿਆਨ ਨਾਲ ਆਉਣ ਵਾਲੀ ਪਹਿਲੀ ਧੁੰਦ ਹੈਗੀ ਹੈ? ਪਹਿਲੀ ਧੁੰਦ ਹੈ ਜੀ, ਬਹੁਤ ਮੇਰੀ ਅਪੀਲ ਇਹੀ ਹੈ ਜੀ, ਆਪਦਾ ਸਾਵਧਾਨੀ ਨਾਲ ਚੱਲੋ, ਸਪੀਡ ਘੱਟ ਰੱਖੋ, ਧਿਆਨ ਨਾਲ ਚੱਲੋ। ਜਿਵੇਂ ਵੀ ਤੁਸੀਂ ਜਾਂਦੇ ਹੋ, ਆਪਦਾ ਧਿਆਨ ਨਾਲ। ਟ੍ਰੈਫਿਕ ਬਹੁਤ ਜ਼ਿਆਦਾ, ਧੁੰਦ ਵੀ ਬਹੁਤ ਜ਼ਿਆਦਾ ਦਿਸਦਾ, ਕੁਛ ਹੈ ਨਹੀਂ, ਆਰਾਮ ਨਾਲ ਚੱਲੋ, ਆਪਦਾ ਸਾਵਧਾਨੀ ਨਾਲ ਚੱਲੋ।